हां ले जी किसान ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਆਓ ਪਉਂਦੇ ਹਾਂ ਵੀ ਤਨ ਦੀ ਕਲੀ-ਕਲੀ ਡਿਟੇਲ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਬੋਲੋ ਨਾਮ ਬਲਬੀਰ ਸਿੰਘ ਜੀ ਪਿੰਡ ਸੰਦੂਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਮੋਬਾਈਲ ਨੰਬਰ ਬੋਲੋ 8427403945 ਜੀ 8327403945 03945 ਇਹ ਵੀ ਇਹਦਾ ਕੰਟੈਕਟ ਨੰਬਰ ਆ ਹੀ ਬਾਕੀ ਸਕਰੀਨ ਉੱਪਰ ਆ ਰਿਹਾ ਨੋਟ ਕਰ ਲੋ ਜਿਹੜੀ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਜਰਸੀ ਦੇਖਦੇ ਆਂ ਜੀ ਹਾਂਜੀ ਕਿਹੜਾ ਸੂਆ ਹੁੰਦੀ ਐ ਇਹ ਦੂਜਾ ਤੀਜਾ ਹੀ ਹੋ ਜੀ ਦੂਜਾ ਜੀ ਕੋਈ ਆਪਾਂ ਨੂੰ ਇਹਦਾ ਪੱਕਾ ਕੰਫਰਮ ਨਹੀਂ ਐਵੇਂ ਝੂਠ ਮਾਰੀ ਜਾਈਏ ਕਿੰਨੇ ਦਿਨ ਰਹਿ ਗਏ ਜੀ ਇਹਦੇ ਦਿਨ ਤਾਂ ਹੋਣਾ ਐ ਵੀ ਇਹ ਸਾਬ ਨੇ ਜਿਵੇਂ ਅੱਜੂ ਕੀ ਜੇ ਖੜੀ ਐ ਇੱਕ ਦੋ ਦਿਨ ਹੀ ਲੋ ਇੱਕ ਤੋਂ ਦੋ ਦਿਨ ਲੈਂਦੀ ਐ ਠੀਕ ਐ ਕਿੰਨਾ ਕੁ ਦੁੱਧ ਪਾਉਂ ਅੰਕਲੇ ਦੁੱਧ ਇਹ ਜਿਹੜਾ ਸਾਉਣਾ ਇਹਦਾ ਲਵਾਸਾ ਜੀ ਜਿਗਾੜ ਵਧੀਆ ਹੈਗਾ ਠੀਕ ਹੈ ਜੀ ਜਿਵੇਂ ਆ ਦੇਖੋ ਮੈਂ ਵਧੀਆ ਹਜੇ ਢਲਾਂ ਢੋਲਾ ਕੱਢੂਗੀ ਹੂੰ ਜਿਗਾੜ ਵਧੀਆ ਥਣ ਥਣ ਚੰਗਾ ਹੈ 14 ਕਿਲੋ ਦੁੱਧ ਨੇ ਕੋਈ ਬਾਹਲਾ ਨਹੀਂ ਹਾਂ 14 ਕਿਲੋ ਲੀਟਰ ਦੁੱਧ ਆਰਾਮ ਨਾਲ ਪਾ ਦੋ ਪਾ ਸਕਦੀ ਜਾਂ ਕੋਈ ਬੜੀ ਜ਼ੋਰ ਕੇ ਦਿਖਾ ਦੋ ਕੱਦਗਾਠ ਚੰਗਾ ਬ੍ਰੀਡ ਵਗੈਰਾ ਚੰਗੇ ਹੀ ਪੰਜਾਬ ਵਾਲੀ ਜਰਸੀ ਆ ਤੇ ਗਰਮੀ ਗਰਮੀ ਇਹ ਬਿਲਕੁਲ ਨਾ ਦੇ ਬਰਾਬਰ ਮੰਨਦੇ ਫੈਂਡ ਫੂਡ ਇਹਨਾਂ ਦੀ ਬਹੁਤ ਚੰਗੀ ਹੁੰਦੀ ਆ ਥਣ ਥਣ ਬਹੁਤ ਚੰਗਾ ਤਿਆਰ ਕਰਿਆ ਭਾਜੀ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਆ ਜੀ ਆ ਦੇਖਣ ਥਣ ਚੰਗਾ ਇਹ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਹਜੇ ਪਲਟਲਾ ਬਹੁਤ ਪਈਆ ਉਹਨਾਂ ਆਰਡਰ ਦੀ ਕੁਆਲਿਟੀ ਨੇ ਹੋਰ ਵੀ ਟੌਪ ਦੀ ਕਰ ਲੈਣੀ ਆ ਵਧੀਆ ਤੇ 14 ਕਿਲੋਲਟਰ ਦੀ ਆਪਾਂ ਇਹਦੇ ਤੋਂ ਉਮੀਦ ਕਰਦੇ ਆ ਦੁੱਧ ਦੀ ਪਾ ਦੇਣਾ ਇਹਨੇ ਆਰਾਮ ਨਾਲ ਜੀ ਮੋੜ ਦਿਓ ਜੀ ਇਹ ਜ ਇੱਕ ਹੋਰ ਗੱਲ ਆ ਥੋੜੀ ਜੀ ਹਾਂਜੀ ਇਹਦੇ ਜਿਹੜੀ ਮਾਗਰ ਛੋਟੀ ਜੀ ਬਚੀ ਜੀ ਨੇ ਹਾਂ ਥਣਾ ਚ ਬਚੀ ਜੀ ਦੀ ਨਹੀਂ ਹਾਂ ਉਹਦੇ ਚ ਛਿੱਟਾ ਜਿਹਾ ਆਉਂਦਾ ਜੀ ਇੱਕ ਸਿੱਟਾ ਜਾਈ ਆਉਂਦਾ। ਹਾਂਜੀ। ਠੀਕ ਠੀਕ ਠੀਕ। ਹਾਂ ਐ ਨਹੀਂ ਵੀ ਥਣ ਭਰ ਕੇ ਚੱਲੀ ਜਾਊ ਉਹ ਚੱਕਰ ਨਹੀਂ। ਠੀਕ ਹੈ ਯਾਰ ਮਗਰ ਇੱਕ ਬੱਚੀ ਆ ਜੀ ਇਹਦੇ ਇਹਦੇ 'ਚ ਇੱਕ ਅੱਧਾ ਸਿੱਟਾ ਜਾਈ ਆਉਂਦਾ। ਬਾਕੀ ਚਾਰੇ ਥਣਾਂ 'ਚ ਪੂਰੀ ਵਧੀਆ ਧਾਰ। ਤੇ ਯਾਰ ਇਹ ਅਗਲਾ ਕੋਲੇ ਆ ਕੇ ਕਹਿੰਦਾ ਯਾਰ ਤੂੰ ਪਹਿਲਾਂ ਵੀਡੀਓ 'ਚ ਨਹੀਂ ਬੋਲਿਆ। ਠੀਕ ਹੈ ਜੀ। ਗਲਤ ਹੋ ਜਾਂਦਾ ਫਿਰ। ਹਾਂਜੀ। ਪਹਿਲਾਂ ਬਾਟ ਕਰਕੇ ਆਵੇ ਪਹਿਲਾਂ ਦੱਸਿਆ ਚੰਗਾ ਹੁੰਦਾ। ਕੀ ਰੇਟ ਅੰਕਲੇ ਦਾ ਜਾਇਜ ਆ? ਇਹਦਾ ਜਾਇਜ ਆਈ 3.31 ਦੀ ਲਈ ਸੀ। ਠੀਕ ਹੈ ਜੀ। ਬਸ ਐਵੇਂ ਕਹੀਏ ਵੀ ਇਹਦਾ ਸੌਦਾ ਹੋ ਗਿਆ ਸੀ। ਠੀਕ ਹੈ ਜੀ। ਹੁਣ ਇਹਦੀ ਹਾਂ ਮਾਨਤਾਂ ਵਾਲਾ ਮੋਟਾ ਮਾਨਤਾਂ ਕਰ ਦਾਂਗੇ ਜੀ ਬਸ ਠੀਕ ਹੈ ਚਲੋ ਕੋਈ ਨਹੀਂ ਵੀ ਸਾਰੇ ਨਫੇ ਨੂੰ ਨਹੀਂ ਹੁੰਦੇ ਸਾਰੇ ਘਾਟੇ ਨੂੰ ਨਹੀਂ ਹੁੰਦੇ ਹਾਂਜੀ ਅੱਗੇ 2 ਨੰਬਰ ਤੇ ਜੀ ਇਹ ਕਿਹੜਾ ਸੂਆ ਜੀ ਇਹ ਦੂਜਾ ਸੂਂਦੀ ਆ ਜੀ ਦੂਜਾ ਸੂਆ ਕਿੰਨੇ ਡਣੇ ਰਹਿ ਗਏ ਜੀ ਇਹਦੇ ਇਹ ਲੈ ਜੂ ਜੀ ਹਜੇ ਹਫਤਾ ਇੱਕ ਹਫਤਾ ਲੈ ਜੂ ਹਜੇ ਹਾਂਜੀ ਆਰਾਮ ਨਾਲ ਲੈ ਜੀ ਹਜੇ ਤਾਂ ਨਾ ਬਣਨਾ ਬਹੁਤ ਠੀਕ ਹੈ ਇਹ ਕਿੰਨਾ ਕਿ ਦੁੱਧ ਪਗਵਾਂਕ ਇਹ ਤਾਂ ਠਰਾਉਣੀ ਕੋਲ ਵਾਲੀ ਹੈਗੀ ਆ ਠਾਪਾ ਦਾ 15 16 ਹੀ ਕਹਾਂਗੇ ਅੱਛਾ ਜੀ ਜੇ ਇਹਨੇ ਹੁਣ 20 ਕਿਲੋ ਏਡੀ ਬਰਨੇ ਦੁੱਧ ਨਾ ਦਿੱਤਾ ਹੁਣ ਤਾਂ ਦੇਖੋ ਹੀ ਮੇਰੇ ਕਿੱਥੋਂ ਤੇ ਕਰਾਉਂਦੀ ਆ ਹਾਂ ਕੱਦ ਕਾਠ ਬਹੁਤ ਉੱਚਾ ਲਮ ਬਰੀਡ ਵਗੈਰਾ ਚੰਗੀ ਹੈ ਤੇ ਜਗਾੜ ਦੇਖੋ ਕਿੰਨਾ ਚੰਗਾ ਤੇ ਥਾਣ ਥਣ ਬਹੁਤ ਚੰਗੀ ਸੀ ਲਾ ਤੇ ਚਾਰੇ ਥਣ ਨਿਕਲਵੇਂ ਪੂਰੇ ਠੀ ਵਾਲਾ ਥਾਣਾ ਹਾਂ ਭਲਾਂ ਘਰੀ ਖੜੀ ਆ ਪੂਰੀਆਂ ਜਮ ਠੀਕ ਹੈ ਮਾੜੀ ਤੋਰ ਕੇ ਦਿਖਾ ਦੋ ਕੱਦ ਕਾਠ ਚੰਗਾ ਬਰੀਡ ਵਗੈਰਾ ਟੌਪ ਦੀ ਆ ਤੇ ਗਰਮੀ ਗਰਮੀ ਇਹ ਵੀ ਬਿਲਕੁਲ ਨਾਂ ਦੇ ਬਰਾਬਰ ਮੰਨਦੇ ਫੈਂਡ ਫੂਡ ਇਹਨਾਂ ਦੀ ਵੀ ਚੰ ਅਜੀ ਇਹ ਹਫਤੇ ਦੀ ਕੱਚੀ ਆ ਉਹਨੂੰ ਆਰਡਰ ਦੀ ਕੁਆਲਿਟੀ ਨੇ ਬਹੁਤ ਟਾਪ ਦੀ ਤਿਆਰ ਕਰ ਲੈਣੀ ਆ ਇਹ ਪੂਰਾ ਟਾਪ ਦਾ ਆਰਡਰ ਤਿਆਰ ਕਰਦੀ ਆਉਂਦੀ ਆ ਜੀ ਆ ਦੇਖ ਸੰ ਪ੍ਰਿੰਟ ਵਗੈਰਾ ਵੀ ਚੰਗਾ ਜੀ ਤੇ ਥਣ ਥਣ ਬਹੁਤ ਚੰਗਾ ਲਿਆਉ ਮੋੜ ਲਿਓ ਇਹ ਸਕੁਆਲਿਟੀ ਦੇ ਟੋ ਚੈੱਕ ਕਰ ਲਓ ਚੰਗੀ ਆ ਬੈਣ ਜੀ ਤੇ ਆ ਦੇਖ ਸੰ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ ਥੋੜੀਆਂ ਜਿਹੀਆਂ ਭਲਾ ਨੇਥਣਾਂ ਦੇ ਉੱਪਰ ਤੇ ਉਹ ਸਾਰੀਆਂ ਭਲਾ ਜਦੋਂ ਸੁੱਕੀ ਲੈ ਜਾਣੀਆਂ ਜੀ ਤੇ ਬਾਲਟ ਲਾ ਬਹੁਤ ਨੇ ਆ ਦੇਖ ਸੰ ਲੇਵੇ ਦੇ ਵਿੱਚ ਪੂਰਾ ਟਾਪ ਦਾ ਆਰਡਰ ਤਿਆਰ ਕਰਦੀ ਆਉਂਦੀ ਆ ਕੀ ਰੇਟ ਅੰਕ ਲੈਣ ਆ ਇਹ ਤਾਂ 55000 ਆ ਜੀ 55000 ਰੁਪਏ ਮਾਨਤਾਣ ਕਰ ਦੂੰਗੀ ਮਾਨਤਾਣ ਤਾਂ ਕਰਨਾ ਹੀ ਕਰਨਾ ਅਗਲੇ ਦਾ ਯਾਰ ਠੀਕ 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 ਰੱਬ ਦਾ ਰੂਪ ਹੁੰਦਾ ਗਾਹਕ ਹਾਂਜੀ ਹਾਂਜੀ ਇਹ ਤਾਂ ਹੈ 55000 ਰੁਪਏ ਰੇਟ ਹੈ ਜੀ ਬਾਕੀ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਣਾ ਅੱਗੇ ਜੀ ਆਹ ਤਿੰਨ ਨੰਬਰ ਤੇ ਵੇੜ ਆਪਾਂ ਪਹਿਲਾਂ ਪਾਈ ਸੀ ਨਾ ਇਹ ਵੀਡੀਓ ਦੀ ਹਾਂਜੀ ਇਹ ਪਾਈ ਸੀਗੀ ਠੀਕ ਹੈ ਜੀ ਇਹ ਬੰਦਾ ਰੱਬ ਜਾਣੇ ਖਾਨੀ ਸੱਚ ਬੋਲਿਆ ਖਾਨੀ ਝੂਠ ਬੋਲਿਆ ਠੀਕ ਹੈ ਜੀ 1000 ਰੁਪਏ ਉਹਨਾਂ ਸਾਈ ਪਾਤੀ ਸੀ ਇਹਦੀ ਸੋਨੂੰ ਜੀ ਹਾਂਜੀ ਠੀਕ ਹੈ ਜੀ ਹੁਣ ਸਾਹਕੋਟ ਕੋਲੇ ਪਿੰਡ ਦੱਸਿਆ ਸੀ ਠ ਤੋ ਉਦੋਂ ਮੁੜ ਕੇ ਜਦੋਂ ਉਹ ਆਉਣ ਨੂੰ ਕਹਿੰਦਾ ਸੀ ਆਉਂਦੇ ਸੀ ਇੱਕ ਸਾਡਾ ਮੋਟਰਸਾਈਕਲ ਇੱਕ ਭਾਈ ਸੈਂਟ ਹੋ ਗਿਆ ਅੱਛਾ ਅੱਛਾ ਜੀ ਮੈਂ ਕਿਹਾ ਵੀ ਜੇ ਸੱਚ ਆ ਜਿਹੇ ਝੂਠ ਆ ਜੇ ਤੂੰ ਕਹਿਣਾ ਹੈਗਾ ਆ ਪਤਰੀ ਸਾਈ ਵਾਪਸ ਕਰ ਦਿੰਨੇ ਆ ਠੀਕ ਹੈ ਜੀ ਫਿਰ ਹਜ਼ਾਰ ਨਾ ਮੇਰਾ ਕਿਹੜਾ ਨਾਗਾ ਨੰਗ ਜੂ ਹਾਂਜੀ 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 ਬਸ ਆ ਚੱਕਰ ਸੀ ਇਹਦੇ ਚ ਹੋਰ ਕੋਈ ਗੱਲ ਨਹੀਂ ਠੀਕ ਹੈ ਜੀ ਕਿਹੜਾ ਸੂਆ ਸੁਣਦੀ ਹੈ ਜੀ ਇਹ ਇਹ ਤੀਜਾ ਵੀਰੇ ਤੀਜਾ ਸੂਆ ਕਿੰਨਾ ਟਾਈਮ ਪਿਆ ਜੀ ਇਹਦਾ ਹਜੇ ਇਹਦਾ ਟਾਈਮ ਆ ਮੰਨ ਕੇ ਚਲੋ ਤਿੰਨ ਮਹੀਨੇ ਪਏ ਆ ਤਿੰਨ ਮਹੀਨੇ ਪਏ 6 ਮਹੀਨੇ ਦੇ 6 ਮਹੀਨੇ ਦੇ ਕੱਪ ਹੋ ਗਈ ਜੀ 6 ਮਹੀਨੇ ਦੀ ਠੀਕ ਹੈ ਤਿੰਨ ਮਹੀਨੇ ਦੇ ਪਾਏ ਆ ਜੀ ਗੱਦਗਾਠ ਚੰਗਾ ਬਰੀਡ ਵਗੈਰਾ ਟਾਪ ਦੀ ਆ ਫੇਸ ਕੁਆਲਟੀ ਦੀ ਬਹੁਤ ਚੰਗੀ ਆ ਜੀ ਆ ਦੇਖ ਸਕਦੇ ਥਾਣ ਤੁਣ ਬਹੁਤ ਚੰਗਾ ਹੀ ਦੁੱਧ ਦਿੰਦੀ ਐ ਨਹੀਂ ਦੁੱਧ ਇਹਦੇ ਕਿਲੋ ਕਿਲੋ ਕੀ ਆ ਬਾਹਲਾ ਨਹੀਂ ਹੈਗਾ ਠੀਕ ਆ ਚਾਰੇ ਥਣ ਨਿਖੜਵੇਂ ਪੂਰੀ ਥਾਣੀ ਬਾਸ ਕਰਾਉਂਦੀ ਐ ਤੇ ਥਣ ਦਾ ਸਾਇਹ ਪਹੁੰਚੇਗਾ ਮੜੀ ਤੋਰ ਕੇ ਦਿਖਾ ਦੇ ਅੰਕ ਬਰੀਡ ਵਗੈਰਾ ਬਹੁਤ ਚੰਗੀ ਆ ਜੀ ਬਾਲਟ ਲਾਡਰ ਦੀਆਂ ਬਹੁਤ ਚੰਗੀਆਂ ਕਿੰਨਾ ਕੁ ਦੁੱਧ ਪਾਇਆ ਹੋਏ ਨੇ ਤਾਜੀ ਨੇ ਉਹਨਾਂ ਨੇ ਤਾਂ ਬਾਈ ਆਪਾਂ ਯਕੀਨ ਕਰਨਾ ਪੈਂਦਾ ਹੁਣ ਅਗਲੇ ਤੇ ਫਾਰਮ ਦੀ ਸੌਂ ਖਾ ਕੇ ਕਿਹਾ ਕਹਿੰਦਾ 32 ਕਿਲੋ ਚੋਇ 22 ਲੀਟਰ ਦੁੱਧ ਦੇ ਥੱਲੋਂ ਕਹਿਣ ਦੇ ਮਤਾਬਕ ਚੋਇਆ ਵਾ ਜੀ ਬਾਕੀ ਤੁਸੀਂ ਖੁਦ ਜਜਮੈਂਟ ਕਰਨੀ ਐ ਫੇਸ ਕੁਆਲਟੀ ਦੀ ਚੰਗੀ ਆ ਪ੍ਰਿੰਟ ਵਗੈਰਾ ਬਹੁਤ ਟੋਪ ਟੋਪ ਦਾ ਤੇ ਥਣ ਥਣ ਬਹੁਤ ਚੰਗਾ ਸਹਿ ਚੰਗਾ ਤੇ ਬਾਲਟ ਲਾਈ ਬਹੁਤ ਆਰਡਰ ਦੇ ਵਿੱਚ ਆ ਦੇਖ ਸਕਦੇ ਤੇ ਕੀ ਰੇਟ ਰੱਖੋਗੇ ਅੱਜ ਅੰਕਲੇ ਦਾ ਮੋਸਾ ਅੱਜ ਘੱਟ ਦੇ ਦੇਾਂਗੇ ਜੀ ਆਪਾਂ 20000 ਰੁਪਏ ਦੇ ਦੇਣ 42000 ਰੁਪਏ ਮਾਨਤਨ ਮੜਾ ਮੋਟਾ ਮਾਨਤਨ ਕਰ ਦਾਂਗੇ ਮੜਾ ਮੋਟਾ ਮਾਨਤਾ ਨਹੀਂ ਹੋਊ ਠੀਕ ਹੈ ਜੀ ਜੇ ਕਿਤੇ ਉਹ ਬੰਦਿਆ ਨਾਲ 41 ਦੀ ਸਾਈ ਹੋਈ ਸੀ ਇਹਦੀ ਅੱਛਾ ਜੀ ਬਸ ਉਹ ਆ ਗੱਲ ਹੋ ਗਈ ਤੇ ਆਪਾਂ ਸਾਈਬ ਆਫਸ ਕਰਤੀ ਹੈਗੀ ਉਹ ਕਹਿੰਦੇ ਭਈ ਅਸੀਂ ਡੇਗ पे ਸਾਡਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਤੇ ਆਉਂਦੇ ਸੀ ਠੀਕ ਹੈ ਜੀ ਤੇ ਗੱਡੀ ਉਹਨਾਂ ਨੇ ਇੱਥੋਂ ਕਰੀ ਸੀਗੀ ਭੇਜ ਦੇਣਗੇ ਠੀਕ ਹੈ ਜੀ ਤੇ ਫਿਰ ਆਇਆ ਚੱਕਰ ਬਣ ਗਿਆ ਗੱਲ ਬਸ ਠੀਕ ਹੈ ਇਹ ਕਿਸੇ ਵੀ ਨੂੰ ਨਾ ਤੇ ਨਾਨਾ ਜਿਹੜਾ ਕੋਈ ਵੀ ਨਗ ਪਸੰਦ ਆ ਹੋਇਆ ਆਇਆ ਹੋਵੇ ਤਾਂ ਅੰਕਲ ਨਾਲ ਕੰਟੈਕਟ ਕਰਕੇ ਖਰੀਦ ਲਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ ਜੀ ਥੈਂਕ ਯੂ ਵੈਰੀ ਮਚ